ਜਿਹੜੇ ਬੰਦੇ ਮੋਹਰੇ ਟੇਬਲ 'ਤੇ ਬੈਠੇ ਚਾਹ ਪੀਂਦੇ ਸੀ, ਅਤੇ ਅਚਾਨਕ ਹੀ ਉਹਦੇ ਨਾਲ ਇੱਕ ਬੱਚਾ ਵੀ ਖੜ੍ਹਾ ਸੀ ਬੰਦੇ ਨੇ, ਅਤੇ ਉੱਪਰੋਂ ਪਈ ਆ ਬੂਟਾ ਦੇਖੋ ਟਾਣਾ ਟੁੱਟ ਕੇ ਥੱਲੇ ਡਿੱਗਿਆ, ਥੱਲੇ 3 ਮੋਟਰਸਾਈਕਲ ਸੀਗੇ ਅਤੇ ਕਾਫੀ ਬੰਦੇ ਨੇ ਸੱਟ ਲੱਗ ਗਈ, ਅਤੇ ਇਹ ਲੱਤ ਦੇ ਵਿੱਚ ਫ੍ਰੈਕਚਰ ਵੀ ਆ ਗਿਆ ਉਹਦੇ ਖੱਬੇ ਲੱਤ ਦੇ ਵਿੱਚ। ਮੇਰੇ ਚਾਹ ਦਾ ਕੰਮ ਹੈਗਾ ਅਤੇ ਮੇਰੇ ਟੇਬਲ ਕੁਰਸੀਆਂ ਲੱਗੇ ਹੋਏ ਸੀਗੇ ਇੱਥੇ, ਤਾਂ ਕਸਟਮਰ ਆ ਕੇ ਬੈਠੇ, ਚਾਹ ਬਣਦੀ ਸੀ, ਤਾਂ ਅਚਾਨਕ ਹੀ ਐਡਾ ਬੜਾ ਇਹ ਹਾਦਸਾ ਹੋ ਗਿਆ, ਟਾਣਾ ਡਿੱਗ ਪਿਆ। ਅਸੀਂ ਜਦੋਂ ਅੰਦਰ ਬੈਠੇ ਹੋਏ ਸੀ, ਕੰਮ ਕਰ ਰਹੇ ਸੀ, ਬਾਹਰ ਕਾਫੀ ਜ਼ੋਰਦਾਰ ਆਵਾਜ਼ ਆਈ, ਤਾਂ ਦੇਖਿਆ ਕਿ ਉੱਪਰੋਂ ਟਾਣਾ ਡਿੱਗਿਆ ਹੋਇਆ ਸੀ ਅਤੇ ਬੰਦਾ ਨੀਚੇ ਦੇ ਦੱਬਿਆ ਹੋਇਆ ਸੀ। ਅਤੇ ਕਿਹੜਾ ਬੰਦਾ ਥੱਲੇ, ਕਸਟਮਰ ਬੈਠਾ ਸੀਗਾ, ਉਹਦੀ ਲੱਤ ਵੀ ਫ੍ਰੈਕਚਰ ਹੋ ਗਈ, ਰੇਟ ਦੀ ਸੀ। ਕਿੰਨੇ ਬੰਦੇ ਥੱਲੇ ਆਏ? ਇਹ ਮਾਂ ਬੱਚਾ ਸੀਗਾ ਦੇ ਨਾਲ ਸੀਗਾ, ਉਹਦਾ ਡੈਡੀ ਮਤਲਬ ਆਇਆ, ਉਹ ਥੱਲੇ ਆਇਆ, ਤਾਂ 2-3 ਬੰਦੇ ਖੜ੍ਹੇ ਸੀਗੇ ਪਰ ਬਚ ਗਏ। ਹਾਂਜੀ, ਪਹਿਲਾਂ ਮਹਿਕਮੇ ਨੂੰ ਆਪਾਂ ਜੰਗਲਾਤ ਮਹਿਕਮੇ ਨੂੰ 2-3 ਵਾਰੀ ਲਿਖ ਕੇ ਦੇ ਚੁੱਕੇ ਹਾਂ ਵੀ ਇਹ ਜਿਹੜਾ ਬੂਟਾ ਘੱਟੋ ਘੱਟ 100 ਸਾਲ ਤੋਂ ਉੱਪਰ ਦਾ ਬੂਟਾ ਆ, ਇਹਦੇ ਟਾਣੇ ਵੀ ਦੇਖੋ ਕਿੱਡੇ ਕਿੱਡੇ ਭਾਰੇ ਆ, ਅਤੇ ਕੋਈ ਵੀ ਹੁਣ ਦੇਖੋ ਬੰਦਾ ਵੀ ਬਹੁਤ ਜ਼ਿਆਦਾ ਉਹਦੀ ਇੰਜਰੀ ਹੋ ਗਈ ਹੈ, ਅਤੇ ਸੱਟ ਉਹਦੇ ਜਾਣੀ ਕਿ ਮਰਨੋਂ ਹੀ ਬੰਦਾ ਬਚਿਆ। ਕਿਦਾਂ 2-3-4 ਮੋਟਰਸਾਈਕਲ ਵੀ ਜੋ ਸੀਗੇ ਉਹ ਨੀਚੇ ਦੱਬੇ ਗਏ ਹੋਏ ਸੀ, ਅਤੇ ਉਹਦਾ ਨੁਕਸਾਨ ਕਾਫੀ ਹੋਇਆ ਹੈਗਾ, ਬੰਦੇ ਦਾ ਵੀ ਨੁਕਸਾਨ ਕਾਫੀ ਹੋਇਆ। ਅਸੀਂ ਚਾਹ ਪੀਂਦੇ ਪਏ ਸੀ ਇੱਥੇ, ਅਤੇ ਜਿਹੜੇ ਬੰਦੇ ਮੋਹਰੇ ਟੇਬਲ 'ਤੇ ਬੈਠੇ ਚਾਹ ਪੀਂਦੇ ਸੀ, ਅਤੇ ਅਚਾਨਕ ਹੀ ਉਹਦੇ ਨਾਲ ਇੱਕ ਬੱਚਾ ਵੀ ਖੜ੍ਹਾ ਸੀ ਬੰਦੇ ਨੇ, ਅਤੇ ਉੱਪਰੋਂ ਪਈ ਆ ਬੂਟਾ ਦੇਖੋ ਟਾਣਾ ਟੁੱਟ ਕੇ ਥੱਲੇ ਡਿੱਗਿਆ, ਥੱਲੇ 3 ਮੋਟਰਸਾਈਕਲ ਸੀਗੇ, ਇੱਕ ਬੁਲਟ ਮੋਟਰਸਾਈਕਲ ਸੀਗਾ, ਇੱਕ ਆ ਭਾਜੀ ਦਾ ਹੀ ਮੋਟਰਸਾਈਕਲ ਆ ਇੱਧਰ ਬਾਹਰ ਖੜ੍ਹਾ ਹੈ ਨਾ, ਉਹ ਟੁੱਟ ਗਿਆ, ਅਤੇ ਜਿਹੜਾ ਬੰਦਾ ਸੀ ਉਹਦੀ ਸਪਾਈਨ ਸੱਟ ਲੱਗ ਗਈ ਉਹਦੇ, ਅਤੇ ਰੀੜ੍ਹ ਦੀ ਹੱਡੀ 'ਚ ਬਹਾਦਰਪੁਰ ਦਾ ਬੰਦਾ ਸੀ, ਉਹਦਾ ਛੋਟਾ ਬੱਚਾ ਸੀ 10 ਸਾਲ ਦਾ, ਅਤੇ ਉਹ ਵੀ ਸੀਗਾ, ਅਤੇ ਕਾਫੀ ਬੰਦੇ ਨੇ ਸੱਟ ਲੱਗ ਗਈ, ਇਹ ਲੱਤ ਦੇ ਵਿੱਚ ਫ੍ਰੈਕਚਰ ਵੀ ਆ ਗਿਆ ਉਹਦੇ ਖੱਬੇ ਲੱਤ ਦੇ ਵਿੱਚ, ਅਤੇ ਉਹ ਬੰਦਾ ਵਿਚਾਰਾ ਮਾੜਾ ਮੋਟਾ ਟੈਕਸੀ ਦਾ ਹੀ ਕੰਮ ਕਰਦਾ, ਅਤੇ ਬੰਦਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਅਤੇ ਕਿਸੇ ਨੂੰ ਦੱਸਿਆ ਵੀ ਗਿਆ? ਹਾਂਜੀ, ਪਹਿਲਾਂ ਮਹਿਕਮੇ ਨੂੰ ਆਪਾਂ ਜੰਗਲਾਤ ਮਹਿਕਮੇ ਨੂੰ 2-3 ਵਾਰੀ ਲਿਖ ਕੇ ਦੇ ਚੁੱਕੇ ਹਾਂ ਵੀ ਇਹ ਜਿਹੜਾ ਬੂਟਾ ਘੱਟੋ ਘੱਟ 100 ਸਾਲ ਤੋਂ ਉੱਪਰ ਦਾ ਬੂਟਾ ਆ, ਇਹਦੇ ਟਾਣੇ ਵੀ ਦੇਖੋ ਕਿੱਡੇ ਕਿੱਡੇ ਭਾਰੇ ਆ, ਅਤੇ ਕੋਈ ਵੀ ਹੁਣ ਦੇਖੋ ਬੰਦਾ ਵੀ ਬਹੁਤ ਜ਼ਿਆਦਾ ਉਹਦੀ ਇੰਜਰੀ ਹੋ ਗਈ ਹੈ, ਅਤੇ ਸੱਟ ਉਹਦੇ ਜਾਣੀ ਕਿ ਮਰਨੋਂ ਹੀ ਬੰਦਾ ਬਚਿਆ ਕਿਦਾਂ। ਠੀਕ ਹੈ ਜੀ, ਬਾਕੀ ਆ ਭਾਜੀ ਦਾ ਵੀ ਨੁਕਸਾਨ ਕਾਫੀ ਹੈਗਾ, ਦੇਖੋ ਟੇਬਲ ਕਿੱਦਾਂ ਟੁੱਟ ਗਏ ਆ ਸਾਰੇ। ਮੇਰਾ ਨਾਮ ਕਮਲ ਸਿੱਧੂ ਭਾਜੀ। ਹਾਂਜੀ, ਕੀ ਹੋਇਆ ਜੀ? ਇਹ ਭਾਜੀ ਆਪਾਂ, ਮੇਰੇ ਚਾਹ ਦਾ ਕੰਮ ਹੈਗਾ ਅਤੇ ਮੇਰੇ ਟੇਬਲ ਕੁਰਸੀਆਂ ਲੱਗੇ ਹੋਏ ਸੀਗੇ ਇੱਥੇ, ਤਾਂ ਕਸਟਮਰ ਆ ਕੇ ਬੈਠੇ, ਚਾਹ ਬਣਦੀ ਸੀ, ਤਾਂ ਅਚਾਨਕ ਹੀ ਐਡਾ ਬੜਾ ਇਹ ਹਾਦਸਾ ਹੋ ਗਿਆ, ਟਾਣਾ ਡਿੱਗ ਪਿਆ, ਅਤੇ ਕਿਹੜਾ ਬੰਦਾ ਥੱਲੇ, ਕਸਟਮਰ ਬੈਠਾ ਸੀਗਾ, ਉਹਦੀ ਲੱਤ ਵੀ ਫ੍ਰੈਕਚਰ ਹੋ ਗਈ, ਰੇਟ ਦੀ ਸੀ। ਕਿੰਨੇ ਬੰਦੇ ਥੱਲੇ ਆਏ? ਇਹ ਮਾਂ ਬੱਚਾ ਸੀਗਾ ਦੇ ਨਾਲ ਸੀਗਾ, ਉਹਦਾ ਡੈਡੀ ਮਤਲਬ ਆਇਆ, ਉਹ ਥੱਲੇ ਆਇਆ, ਤਾਂ 2-3 ਬੰਦੇ ਖੜ੍ਹੇ ਸੀਗੇ ਪਰ ਬਚ ਗਏ, ਉਹ ਪਰੇ ਹੋਣ ਕਰਕੇ ਨਾ ਬਚਾਅ ਹੋ ਗਿਆ ਉਹਨਾਂ ਦਾ। ਦੱਸਿਆ ਜਾਂਦਾ ਕਿ ਮੋਟਰਸਾਈਕਲ ਵੀ ਥੱਲੇ ਇਹਦੇ? ਹਾਂਜੀ, ਮੇਰਾ ਮੋਟਰਸਾਈਕਲ ਦੇਖੋ ਪੂਰੀ ਤਰ੍ਹਾਂ ਭੱਜ ਗਿਆ, ਸਟੈਂਡ ਟੁੱਟ ਗਿਆ, ਟੈਂਕੀ ਟੁੱਟ ਗਈ, ਸਾਰਾ ਕੁਝ ਹੋ ਗਿਆ, ਮੈਂ ਖੁਦ ਬਿਮਾਰ ਹਾਂ, ਮੇਰਾ ਛੋਟਾ ਮੋਟਾ ਕਾਰੋਬਾਰ ਆ, ਅਤੇ ਇਹਦੇ ਬਾਰੇ ਕਦੀ ਕਿਸੇ ਨੂੰ ਦੱਸਿਆ ਗਿਆ ਕਿ? ਹਾਂ, ਬੜੀ ਵਾਰੀ। ਹਾਂਜੀ, ਇਹਨਾਂ ਨੇ ਜਸਪਾਲ, ਉਹਨਾਂ ਨੇ ਜਸਪਾਲ ਭਾਜੀ ਹੋਣੀ, ਅਤੇ ਆ ਹਸਪਤਾਲ ਵਾਲਿਆਂ ਨੇ, ਮਤਲਬ ਜਦੋਂ ਜਿੰਨੀ ਵਾਰੀ ਵੀ ਆਉਂਦੇ ਸੀਗੇ ਬਿਜਲੀ ਮਹਿਕਮਾ ਵਾਲਿਆਂ ਨੂੰ, ਇਹਨਾਂ ਨੂੰ, ਜੰਗਲਾਤ ਵਾਲਿਆਂ ਨੂੰ, ਸਾਰਿਆਂ ਨੂੰ ਹਰੇਕ ਵਾਰੀ ਨੋਟਿਸ ਕਰਦੇ ਰਹਿੰਦੇ ਸੀਗੇ, ਮਤਲਬ ਹਾਂਜੀ ਕਹਿੰਦੇ ਰਹਿੰਦੇ ਵੀ ਕੁਛ ਕਰੋ ਕਰੋ ਕੁਛ ਕਰੋ ਕੁਛ, ਕੋਈ ਮਤਲਬ ਕਾਰਵਾਈ ਨਹੀਂ ਹੋਈ। ਹਾਰ ਕੇ ਸੁਰਿੰਦਰ ਕੁਮਾਰ ਹੈ। ਠੀਕ ਹੈ, ਮੈਂ ਗਲਾਟੀ ਹਸਪਤਾਲ 'ਚ ਕੰਮ ਕਰਦਾ। ਅਸੀਂ ਜਦੋਂ ਅੰਦਰ ਬੈਠੇ ਹੋਏ ਸੀ, ਕੰਮ ਕਰ ਰਹੇ ਸੀ, ਬਾਹਰ ਕਾਫੀ ਜ਼ੋਰਦਾਰ ਆਵਾਜ਼ ਆਈ, ਤਾਂ ਦੇਖਿਆ ਕਿ ਉੱਪਰੋਂ ਟਾਣਾ ਡਿੱਗਿਆ ਹੋਇਆ ਸੀ ਅਤੇ ਬੰਦਾ ਨੀਚੇ ਦੇ ਦੱਬਿਆ ਹੋਇਆ ਸੀ। 2-3-4 ਮੋਟਰਸਾਈਕਲ ਵੀ ਜੋ ਸੀਗੇ ਉਹ ਨੀਚੇ ਦੱਬੇ ਗਏ ਹੋਏ ਸੀ, ਅਤੇ ਉਹਦਾ ਨੁਕਸਾਨ ਕਾਫੀ ਹੋਇਆ ਹੈਗਾ, ਬੰਦੇ ਦਾ ਵੀ ਨੁਕਸਾਨ ਕਾਫੀ ਹੋਇਆ। ਅਸੀਂ ਅੱਗੇ ਵੀ ਕਾਫੀ ਪ੍ਰਸ਼ਾਸਨ ਨੂੰ ਦੱਸਿਆ ਗਿਆ ਹੈਗਾ,
ਇਹ ਨੁਕਸਾਨਦੇਹ ਹੈਗੇ ਆ। ਉਹ ਬਕਾਇਦਾ ਸਾਡੇ ਹਸਪਤਾਲ 'ਚ 100 ਤੋਂ ਜ਼ਿਆਦਾ ਮਰੀਜ਼ ਹੁੰਦਾ ਹੈਗਾ, ਉਹਨਾਂ ਦਾ ਵੀ ਨੁਕਸਾਨ ਕਿਤੇ ਹੋ ਸਕਦਾ ਹੈਗਾ, ਪਰ ਪ੍ਰਸ਼ਾਸਨ ਦੇ ਇਸ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਪੰਡਿਤ ਕਾਸ਼ੀਰਾਮ ਜੀ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਗੁਪਤ ਰੋਗ ਤੋਂ ਪਰੇਸ਼ਾਨ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਪੰਡਿਤ ਕਾਸ਼ੀਰਾਮ ਜੀ, ਅੱਜ ਹੀ ਫੋਨ ਕਰੋ